ਸਤਿ ਸ਼੍ਰੀ ਅਕਾਲ ਤੇਜ ਪੰਜਾਬ ਨਿਊਜ਼ ਤੋਂ ਮੈਂ ਕਨਤਿਕਾ ਮਲਿਕ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਵੈਸੇ ਤਾਂ ਕਰੋਨਾ ਵੈਕਸੀਨੇਸ਼ਨ ਦੇ ਸੈਂਟਰ ਹਰ ਸ਼ਹਿਰ ਵਿੱਚ ਲੱਗੇ ਹੋਏ ਹੈ, ਬਟ ਅੱਜ ਆਪਾਂ ਆਏ ਹਾਂ ਅੰਮ੍ਰਿਤਸਰ ਮਜੀਠਾ ਰੋਡ ਵਿਖੇ ਰਾਧਾ ਸਵਾਮੀ ਡੇਰੇ 'ਤੇ, ਜਿੱਥੇ ਕਿ ਵੈਕਸੀਨੇਸ਼ਨ ਕੈਂਪ ਲੱਗਾ ਹੋਇਆ ਹੈ। ਹਰ ਕੈਂਪ ਆਪਾਂ ਵੇਖੇ ਹੋਣਗੇ, ਬਟ ਆਪਾਂ ਇੱਦਾਂ ਦਾ ਕੈਂਪ ਕਿਤੇ ਵੀ ਨਹੀਂ ਵੇਖਿਆ ਹੋਏਗਾ ਜਿੱਥੇ ਪ੍ਰੋਪਰ ਫੈਸਿਲਿਟੀਜ਼ ਦਿੱਤੀਆਂ ਹੋਈਆਂ, ਮਤਲਬ ਪ੍ਰੋਪਰ ਤਰੀਕੇ ਨਾਲ ਇੱਥੇ ਇੰਤਜ਼ਾਮ ਹਰ ਚੀਜ਼ ਦਾ ਕੀਤਾ ਗਿਆ ਹੋਇਆ ਹੈ। ਅਤੇ ਅੱਜ ਆਪਾਂ ਇੱਥੋਂ ਦੇ ਕੁਝ ਲੋਕਾਂ ਨਾਲ ਵੀ ਗੱਲ ਕਰਦੇ ਹਾਂ ਅਤੇ ਕੁਝ ਸੇਵਾਦਾਰਾਂ ਨਾਲ ਵੀ ਗੱਲ ਕਰਾਂਗੇ। ਆਓ ਹੁਣ ਆਪਾਂ ਕੁਛ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਨੂੰ ਪੁੱਛਦੇ ਹਾਂ। ਸਰ, ਤੁਹਾਡਾ ਨਾਮ? ਦੀਪਕ। ਸਰ, ਜਿਵੇਂ ਇੱਥੇ ਡੇਰੇ 'ਚ ਵੈਕਸੀਨੇਸ਼ਨ ਸੈਂਟਰ ਲੱਗਾ ਹੋਇਆ ਅਤੇ ਤੁਸੀਂ ਇਹੀ ਵੈਕਸੀਨੇਸ਼ਨ ਸੈਂਟਰ ਕਿਉਂ ਚੂਜ਼ ਕੀਤਾ? ਇੱਥੇ ਵਿਸ਼ਵਾਸ ਹੈ ਜੀ, ਇੱਥੇ ਪੂਰਾ ਇੰਤਜ਼ਾਮ ਕੀਤਾ ਗਿਆ ਹੋਇਆ। ਬਿਲਕੁਲ, ਬਹੁਤ ਵਧੀਆ ਜੀ। ਤੁਸੀਂ, ਤੁਹਾਡੀ ਸੈਕਿੰਡ ਡੋਜ਼ ਹੈ ਜਾਂ ਫਸਟ ਡੋਜ਼ ਹੈਗੀ ਹੈ? ਫਸਟ ਹੈ। ਤੁਹਾਡਾ ਨਾਮ? ਮੇਰਾ ਨਾਮ ਮਨਿੰਦਰ ਸਿੰਘ ਹੈ ਜੀ। ਸਰ, ਜਿਵੇਂ ਇੱਕ ਵੈਕਸੀਨੇਸ਼ਨ ਸੈਂਟਰ ਖੋਲ੍ਹਿਆ ਹੋਇਆ ਹੈ ਅਤੇ ਤੁਹਾਨੂੰ ਕਿੱਦਾਂ ਦੇ ਇੰਤਜ਼ਾਮ ਲੱਗੇ ਇੱਥੋਂ ਦੇ? ਇੰਤਜ਼ਾਮ ਇੱਥੇ ਬਹੁਤ ਵਧੀਆ ਲੱਗੇ। ਟੋਕਨ ਵਾਈਜ਼ ਮਤਲਬ ਇੱਕ ਪ੍ਰੋਸੈਸ ਚੱਲ ਰਿਹਾ ਵਾ ਅਤੇ ਟੋਕਨ ਵਾਈਜ਼ ਸਾਰਾ ਇੰਟਰਨ ਆ ਰਹੀ ਆ ਅਤੇ ਮੇਰਾ 117 ਨੰਬਰ ਹੈ। ਸਰ, ਤੁਹਾਡੀ ਫਸਟ ਡੋਜ਼ ਹੈ ਜਾਂ ਸੈਕਿੰਡ ਡੋਜ਼ ਹੈ? ਮੇਰੀ ਫਸਟ ਡੋਜ਼ ਹੈ ਬੜੀ। ਅਤੇ ਜਿਵੇਂ ਤੁਸੀਂ ਦੇਖ ਰਹੇ ਹੋ ਪ੍ਰੋਪਰ ਖਾਣ ਪੀਣ ਦਾ ਵੀ ਧਿਆਨ ਦਿੱਤਾ ਜਾ ਰਿਹਾ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਬਾਬਾ ਜੀ ਦੁਆਰਾ ਆਪਣੇ ਰਾਜ ਸਵਾਮੀ ਡੇਰਾ ਬਿਆਸ ਜਿਹੜੇ, ਅਤੇ ਮਤਲਬ ਚਾਹ ਵਗੈਰਾ ਅਤੇ ਆਪਣਾ ਉਸ ਤੋਂ ਬਾਅਦ ਸਕੰਜਵੀ ਵਗੈਰਾ ਪਿਆਈ ਜਾ ਰਹੀ ਹੈ, ਬਹੁਤ ਵਧੀਆ ਪ੍ਰਬੰਧ। ਜਿਵੇਂ ਕਿ ਇਹ ਵੈਕਸੀਨੇਸ਼ਨ ਸੈਂਟਰ ਇੱਥੇ ਖੁੱਲ੍ਹਿਆ ਹੋਇਆ ਅਤੇ ਤੁਹਾਨੂੰ ਇੱਥੋਂ ਦੇ ਇੰਤਜ਼ਾਮ ਕਿੱਦਾਂ ਦੇ ਲੱਗ ਰਹੇ ਹੈ? ਬਹੁਤ ਵਧੀਆ, ਸਾਰੇ ਸੇਵਾਦਾਰ ਸੇਵਾ 'ਤੇ ਲੱਗੇ ਹੋਏ ਹਨ, ਸਾਰੇ ਸਹੂਲਤਾਂ ਵੀ ਦਿੱਤੀਆਂ ਹੋਈਆਂ ਹਨ ਅਤੇ ਵਧੀਆ। ਥੋੜ੍ਹਾ ਜਿਹਾ ਇੰਤਜ਼ਾਰ ਕਰਨਾ ਪੈ ਰਿਹਾ, ਬਟ ਅਕੋਰਡਿੰਗ ਟੂ ਟਾਈਮ ਟਰਨ ਵੀ ਆ ਜਾਏਗੀ। ਤੁਹਾਨੂੰ ਲੱਗ ਰਿਹਾ ਕਿ ਇਹ ਕੁਝ ਜ਼ਿਆਦਾ ਸੇਫ ਵੈਕਸੀਨੇਸ਼ਨ ਸੈਂਟਰ ਹੈਗੇ ਬਾਕੀ ਵੈਕਸੀਨੇਸ਼ਨ ਸੈਂਟਰਸ ਨਾਲੋਂ? ਹਾਂਜੀ ਹਾਂਜੀ, ਮੇਰਾ ਕੀ ਫਸਟ ਡੋਜ਼ ਹੈ ਅੱਜ ਸੈਂਟਰ ਕੀ, ਤਾਂ ਮੇਰਾ ਫਸਟ ਐਕਸਪੀਰੀਅੰਸ ਹੈ ਜੀ। ਮੈਮ, ਤੁਹਾਡਾ ਨਾਮ? ਕੁਲਜੀਤ ਕੌਰ। ਅਤੇ ਮੈਮ, ਤੁਸੀਂ ਇੱਥੋਂ ਦੇ ਡਾਕਟਰ ਹੋ ਜਿਹੜੇ ਲਗਾ ਰਹੇ ਹੋ ਸਾਰਾ ਕੁਝ? ਨਹੀਂ, ਮੈਂ ਵੈਕਸੀਨੇਟਰ ਹਾਂ, ਕੁਲਜੀਤ ਕੌਰ। ਡਾਕਟਰ ਸਾਡੇ ਡਾਕਟਰ ਰੇਨੂ ਨੇ, ਉਹਨਾਂ ਦੇ ਅੰਡਰ ਮੈਂ ਵੈਕਸੀਨੇਸ਼ਨ ਕਰ ਰਹੀ ਹਾਂ ਅੰਡਰ CS ਆਫਿਸ। ਅਤੇ ਮੈਮ, ਇੱਥੇ ਕਿਸ ਟਾਈਪ ਦੀ ਵੈਕਸੀਨ ਲੱਗ ਰਹੀ ਹੈ? ਦੋ ਟਾਈਪ ਦੀ ਵੈਕਸੀਨ ਹੈਗੀ ਹੈ ਅਤੇ ਕਿਹੜੇ ਟਾਈਪ ਦੀ ਲੱਗ ਰਹੀ ਹੈ ਇੱਥੇ? ਸਾਡੇ ਕੋਲ ਕੋਵਿਸ਼ੀਲਡ ਵੈਕਸੀਨੇਸ਼ਨ ਹੋ ਰਹੀ ਹੈ, ਕੋਵੈਕਸਿਨ ਹੀ ਲੱਗ ਰਹੀ, ਕੋਵਿਸ਼ੀਲਡ ਲੱਗ ਰਹੀ ਹੈ 18-44 ਐਂਡ 45 ਪਲੱਸ। ਅਤੇ ਮੈਮ, ਕਈ ਲੋਕ ਡਰਦੇ ਮਾਰੇ ਵੈਕਸੀਨ ਨਹੀਂ ਲਗਵਾ ਰਹੇ ਕਿ ਬਾਅਦ 'ਚੋਂ ਕੋਈ ਪ੍ਰੋਬਲਮ ਹੋ ਜਾਏਗਾ ਜਾਂ ਕੋਈ ਰਿਐਕਸ਼ਨ ਹੋ ਜਾਏਗਾ ਇਹ ਚੀਜ਼ਾਂ ਦਾ, ਅਤੇ ਇਸ ਚੀਜ਼ ਬਾਰੇ ਕੀ ਕਹੋਗੇ ਤੁਸੀਂ? ਹੁਣ ਇਸ ਤਰ੍ਹਾਂ ਦਾ ਕੁਛ ਨਹੀਂ ਹੈ, ਪਹਿਲਾਂ ਇਹ ਰਿਊਮਰਸ ਹੈਗੀਆਂ ਸੀਗੀਆਂ ਕਿ ਇਹਦਾ ਕੋਈ ਰਿਐਕਸ਼ਨ ਆ, ਇਹ ਹੈ ਉਹ ਹੈ, ਬਟ ਹੁਣ ਜਿਉਂ ਜਿਉਂ ਵੈਕਸੀਨੇਸ਼ਨ ਹੋ ਰਹੀ ਹੈ ਲੋਕ ਅਵੇਅਰ ਹੋ ਰਹੇ ਨੇ, ਹੁਣ ਤਾਂ ਆਲਮੋਸਟ ਵੈਕਸੀਨੇਸ਼ਨ ਕਰਵਾ ਰਹੇ ਨੇ ਸਾਰੇ। ਜਿਨ੍ਹਾਂ ਦੇ ਮਨ 'ਚ ਕੁਆਰੀਜ਼ ਹੈਗੀਆਂ ਉਹ ਵੀ ਨਿਕਲ ਚੁੱਕੀਆਂ ਨੇ, ਕਿਉਂਕਿ ਇਹਦਾ ਕੋਈ ਬੈਨੀਫਿਟ ਹੀ ਆ, ਸਾਈਡ ਇਫੈਕਟ ਤਾਂ ਕੋਈ ਨਹੀਂ ਆ। ਹਾਂ, ਆਫਟਰ ਵੈਕਸੀਨੇਸ਼ਨ ਤੁਹਾਨੂੰ ਮਾਈਨਰ ਫੀਵਰ ਹੋ ਜਾਏਗਾ, ਬੋਡੀ ਇੱਕ ਹੋਏਗੀ, ਇੱਦਾਂ ਹੋਏਗਾ, ਬਟ ਇਹ ਨਹੀਂ ਕਿ ਇਹਦਾ ਕੋਈ ਸਵੀਅਰ ਇਫੈਕਟ ਹੁੰਦਾ ਆ, ਇੱਦਾਂ ਦਾ ਕੁਛ। ਮੈਮ, ਤੁਹਾਡਾ ਨਾਮ? ਡਾਕਟਰ ਰੇਨੂ। ਮੈਮ, ਜਿੱਦਾਂ ਕਿ ਦੋ ਪ੍ਰਕਾਰ ਦੀ ਵੈਕਸੀਨਸ ਹੈਗੀਆਂ ਅਤੇ ਲੋਕ ਜ਼ਿਆਦਾ ਪ੍ਰੈਫਰ ਕਰਦੇ ਆ ਕਈ ਵਾਰ ਕੋਵਿਸ਼ੀਲਡ ਲਾਉਣ ਦਾ, ਉਹਦਾ ਕੀ ਰੀਜ਼ਨ ਹੈ? ਵੈਸੇ ਤਾਂ ਦੋਨੋਂ ਵੈਕਸੀਨ ਇਕੁਅਲੀ ਇਫੈਕਟਿਵ ਹੈ। ਐਕਚੁਲੀ ਜਿਹੜੀ ਕੋਵਿਸ਼ੀਲਡ ਹੈ WHO ਅਪਰੂਵਡ ਹੈ, ਠੀਕ ਹੈ। ਜੇ ਕਿਸੇ ਨੇ ਬਾਹਰ ਵਗੈਰਾ ਜਾਣਾ ਹੁੰਦਾ ਤਾਂ ਉਹ ਸੋਚਦਾ ਕਿ ਮੈਂ ਕੋਵਿਸ਼ੀਲਡ ਹੀ ਲਗਾ ਲਾਂ,
ਵੈਸੇ ਕੋਵੈਕਸੀਨ ਵੀ ਇਕੁਅਲੀ ਇਫੈਕਟਿਵ ਹੈਗੀ ਹੈ। ਥੋੜ੍ਹਾ ਲੋਕਾਂ ਦੇ ਦਿਮਾਗ 'ਚ ਇਹ ਆ ਰਿਹਾ ਕਿ ਸ਼ਾਇਦ ਜੇ ਅਸੀਂ ਬਾਹਰ ਜਾਣਾ ਹੋਏ ਤਾਂ ਅਪਰੂਵ ਹੋਣੀ ਕਿ ਨਹੀਂ ਹੋਣੀ। ਅਤੇ ਮੈਮ ਇਹ ਜਿਹੜੀ ਕੋਵਿਸ਼ੀਲਡ ਹੈਗੀ ਹੈ ਕਿੰਨੇ, ਇੱਕ ਜਿੱਦਾਂ ਫਸਟ ਡੋਜ਼ ਹੋ ਗਈ ਅਤੇ ਦੂਸਰੀ ਡੋਜ਼ ਕਦੋਂ ਲਵਾਉਣੀ ਚਾਹੀਦੀ ਹੈ? ਆਫਟਰ 84 ਡੇਜ਼ ਤੋਂ ਬਾਅਦ ਪੋਰਟਲ ਚੁੱਕਦਾ, 84 ਡੇਜ਼ ਤੋਂ ਬਾਅਦ ਲਗਾ ਦਿੰਦੇ ਹਾਂ। ਅਤੇ ਕੋਵੈਕਸੀਨ ਦਾ? ਕੋਵੈਕਸੀਨ 28 ਡੇਜ਼ ਬਾਅਦ ਸੈਕਿੰਡ ਡੋਜ਼। ਸਰ ਤੁਹਾਡਾ ਨਾਮ? ਮੈਂ ਅਮਰਜੀਤ ਸਿੰਘ। ਸਰ ਜਿੱਥੇ ਇੱਥੇ ਕੈਂਪ ਲੱਗਾ ਹੋਇਆ ਹੈ ਅਤੇ ਤੁਸੀਂ ਕੀ ਤਿਆਰੀਆਂ ਹੈਗੀਆਂ ਜੇ ਇਨ ਕੇਸ ਕੋਈ ਕਰੋਨਾ ਪੇਸ਼ੈਂਟ ਵੀ ਨਿਕਲ ਆਉਂਦਾ ਹੈ ਤਾਂ ਉਹਨਾਂ ਵਾਸਤੇ ਫਿਰ ਕੀ ਤਿਆਰੀਆਂ ਕੀਤੀਆਂ ਜਾਂਦੀਆਂ? ਸਾਡੀ ਜਦੋਂ ਐਂਟਰੀ ਹੁੰਦੀ ਹੈ ਐਂਟਰ 'ਤੇ ਟੈਸਟ ਕਰੀਦਾ ਵਾ, ਚੈੱਕ ਕਰੀਦਾ ਵਾ ਉਹਨਾਂ ਦਾ ਥਰਮੋਸਕੈਨ ਦੇ ਨਾਲ, ਉਹਨਾਂ ਦਾ ਬਲੱਡ ਪ੍ਰੈਸ਼ਰ ਵਗੈਰਾ ਵੀ, ਅਤੇ ਦੂਸਰਾ ਟੈਂਪਰੇਚਰ ਚੈੱਕ ਕਰੀਦਾ ਵਾ। ਜੇ ਕਰੋਨਾ ਪੇਸ਼ੈਂਟ ਉਹ ਟੈਂਪਰੇਚਰ ਜ਼ਿਆਦਾ ਹੋਣਾ ਵਾ ਤਾਂ ਹੀ ਪਤਾ ਲੱਗਣਾ ਸਾਨੂੰ, ਅਤੇ ਉਹਨਾਂ ਨੂੰ ਉੱਥੋਂ ਬਾਹਰ ਕੱਢ ਦਈਦਾ। ਅਤੇ ਜੇ ਅੰਦਰ ਆ ਕੇ ਫਿਰ ਇਹਨਾਂ ਦਾ ਬੀ ਪੀ ਵਗੈਰਾ ਚੈੱਕ ਹੁੰਦਾ ਵਾ, ਇਹਨਾਂ ਦਾ ਆਕਸੀਮੀਟਰ ਦੇ ਨਾਲ ਆਕਸੀਜਨ ਵਗੈਰਾ ਚੈੱਕ ਹੁੰਦੀ ਹੈ, ਫਿਰ ਅੰਦਰ ਬਿਠਾ ਜਾਈਦਾ, ਫਿਰ ਅੰਦਰ ਰਜਿਸਟ੍ਰੇਸ਼ਨ ਹੁੰਦੀ ਹੈ। ਅਤੇ ਕਿੰਨੇ ਕੁ ਸੇਵਾਦਾਰ ਸਰ ਇੱਥੇ ਹੈਗੇ ਆ? ਇੱਥੇ 150 ਤੋਂ ਉੱਪਰ ਸੇਵਾਦਾਰ ਨੇ ਜਿਹੜੇ ਇਹਨਾਂ ਦੀ ਸੇਵਾ ਵਾਸਤੇ, ਚਾਹ ਪਾਣੀ ਦੀ ਸੇਵਾ ਵਾਸਤੇ, ਹਰ ਤਰ੍ਹਾਂ ਦੀ ਸਹੂਲਤ ਵਾਸਤੇ, ਅੰਦਰ ਰਜਿਸਟ੍ਰੇਸ਼ਨ ਵਾਸਤੇ ਉਹ ਬੈਠੇ ਹੋਏ ਨੇ ਕੰਪਿਊਟਰ ਦੇ ਉੱਤੇ, ਕਿਉਂਕਿ ਜਿਹੜਾ ਇੰਜੈਕਸ਼ਨ ਲੱਗਦੇ ਨੇ ਸਿਵਲ ਹਸਪਤਾਲ ਤੋਂ ਸਟਾਫ ਆਉਂਦਾ ਵਾ, ਉਹ ਸਿਰਫ ਡਾਕਟਰ ਅਤੇ ਨਰਸਾਂ ਆਉਂਦੀਆਂ ਨੇ, ਬਾਕੀ ਰਜਿਸਟ੍ਰੇਸ਼ਨ ਵਾਸਤੇ ਅਤੇ ਹੋਰ ਸਾਰਾ ਸਟਾਫ ਜਿਹੜਾ ਵਾ ਉਹ ਇੱਥੋਂ ਸਤਸੰਗ ਕਰਦਾ। ਇੱਥੋਂ ਦੇ ਟਾਈਮਿੰਗਸ ਕੀ ਹੈਗੇ ਆ? ਕਿੰਨੇ ਤੋਂ ਕਿੰਨੇ? 9 ਵਜੇ ਐਂਟਰੀ ਹੁੰਦੀ ਹੈ ਜੀ, ਫਿਰ ਜਦ ਤੱਕ ਜਿੰਨੇ ਵੈਕਸੀਨ ਆਈ ਹੋਣ ਉਹਨਾਂ ਦੀ ਜਦੋਂ ਕੰਪਲੀਟ ਹੁੰਦਾ ਤਾਂ ਫਿਰ ਬੰਦ ਕਰ ਦਿੰਦੇ ਹਾਂ। ਇੱਥੇ ਕਿੰਨੇ ਕੁ ਪ੍ਰਕਾਰ ਦੀ ਵੈਕਸੀਨ ਹੈ? ਦੋ ਪ੍ਰਕਾਰ ਦੀ ਅੱਗੇ ਤੇ ਦੋਨੋਂ ਪ੍ਰਕਾਰ ਦੀ ਇੱਥੇ ਅੰਦਰ ਲੱਗੀ ਹੋਈ ਹੈ? ਸਿਰ ਕੋਵਿਸ਼ੀਲਡ ਇੱਥੇ ਆ ਰਹੀ ਆ, ਕੁਛ ਦਿਨ ਪਹਿਲਾਂ ਕੋਵੈਕਸੀਨ ਆਈ ਸੀਗੀ, ਉਸ ਤੋਂ ਬਾਅਦ ਨਹੀਂ ਆਈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਡੇਰੇ 'ਚ ਵੈਕਸੀਨੇਸ਼ਨ ਸੈਂਟਰ ਬਣਿਆ ਹੋਇਆ, ਅਤੇ ਇੱਥੋਂ ਦਾ ਵੈਕਸੀਨੇਸ਼ਨ ਸੈਂਟਰ ਬਹੁਤ ਹੀ ਵਧੀਆ। ਇੱਥੇ ਹਰ ਇੱਕ ਚੀਜ਼ ਦੀ ਸਹੂਲਤ ਦਿੱਤੀ ਜਾਂਦੀ ਪਈ ਹੈ, ਪ੍ਰੋਪਰ ਲਾਈਨਾਂ ਬਣੀਆਂ ਹੋਈਆਂ। ਇੱਥੇ ਇੱਕ ਸੈਕਸ਼ਨ ਏ ਅਤੇ ਸੈਕਸ਼ਨ ਬੀ ਬਣਿਆ ਹੋਇਆ ਜਿੱਥੇ ਕਿ ਲੋਕਾਂ ਨੂੰ ਵੱਖ ਵੱਖ ਪਾਇਆ ਗਿਆ, ਪ੍ਰੋਪਰ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਦਿੱਤਾ ਹੈ। ਲੋਕਾਂ ਜਿਹੜੇ ਵੀ ਇੱਥੇ ਲੋਕ ਵੈਕਸੀਨੇਸ਼ਨ ਲਵਾਉਣ ਆ ਰਹੇ ਆ ਉਹਨਾਂ ਵਾਸਤੇ ਚਾਹ ਪਾਣੀ ਦਾ ਇੰਤਜ਼ਾਮ ਪੂਰੀ ਤਰੀਕੇ ਨਾਲ ਕੀਤਾ ਹੋਇਆ। ਆਪਾਂ ਡਾਕਟਰਾਂ ਦੀ ਟੀਮ ਦੇ ਨਾਲ ਵੀ ਗੱਲ ਕੀਤੀ ਹੈ ਅਤੇ ਡਾਕਟਰਾਂ ਦੀ ਟੀਮ ਨੇ ਵੀ ਸਾਨੂੰ ਕੁਛ ਗੱਲਾਂ ਦੱਸੀਆਂ, ਕੁਛ ਟਿਪਸ ਦਿੱਤੀਆਂ ਹੋਈਆਂ ਕਿ ਕਿੱਦਾਂ ਪ੍ਰੋਪਰ ਸੋਸ਼ਲ ਡਿਸਟੈਂਸਿੰਗ 'ਚ ਰਹੋ। ਅਤੇ ਦੋ ਪ੍ਰਕਾਰ ਦੀ ਵੈਕਸੀਨ ਹੈਗੀ ਹੈ ਇੱਥੇ ਫਿਲਹਾਲ, ਕੋਵਿਸ਼ੀਲਡ ਵੈਕਸੀਨ ਲੱਗਦੀ ਪਈ ਹੈ। ਅਤੇ ਇੱਥੋਂ ਦਾ ਟਾਈਮਿੰਗ 9 ਵਜੇ ਹੈਗਾ, ਇਹ ਡੇਰਾ ਜਿਹੜਾ ਰਾਧਾ ਸਵਾਮੀ ਦਾ ਇਹ ਮਜੀਠਾ ਰੋਡ ਵਿਖੇ ਹੈਗਾ। ਅਤੇ ਜਿਨ੍ਹਾਂ ਨੇ ਵੈਕਸੀਨ ਹਾਲੇ ਨਹੀਂ ਲਵਾਈ ਹੈ ਉਹ ਜ਼ਰੂਰ ਇੱਥੇ ਆਉਣ ਅਤੇ ਵੈਕਸੀਨ ਲਵਾ ਕੇ ਜਾਣ। ਦੇਖਦੇ ਰਹੋ ਮੇਰਾ ਤੇਜ਼ ਪੰਜਾਬ ਨਿਊਜ਼ ਕਨਤਿਕਾ।